ਦੂਏ ਨੱਕਾ ਕਿਹੜੇ ਚ ਮਾਰ ਕੇ ਗਿਆ ਸੀ? ਉਹ ਮੈਂ ਉਹ 3 ਕਿੱਲੇ ਮਾਰ ਕੇ ਗਿਆ ਸੀਗਾ। ਹਾਂ ਤੇ ਆਹ 2 ਕਿੱਲੇ ਰਹਿ ਗਏ ਜਾਂ ਹੁਣ ਮਾਰ ਦੇਣਾ ਲੈਟ ਹੈਗੀ ਆ। ਚੱਲ ਠੀਕ ਆ ਜਾ ਚੱਕ ਫੱਟੀ ਫਿਰ। ਚੱਲ ਚੱਕ ਨਾ ਚੱਲ ਆ ਤੂੰ ਚੱਕ ਦੇ ਫੱਟੀ ਲਾ ਦੇ ਇੱਧਰ ਤੇ ਮੈਂ ਗੇੜਾ ਮਾਰਿਆ ਬਾਹਰ ਦੇ ਆਸੇ ਪਾਸੇ। ਬਾਦ ਕਾਹਦੀ ਆ ਜਿਹਨੇ ਮੈਨੂੰ ਕੋਈ ਦਰਖਤ ਕੱਟੀ ਜਾਂਦਾ ਜਾਂ ਦੇਖਦੇ ਆ। ਉਹ ਬਾਈ ਦਰਖਤ ਕੱਟੀ ਜਾਂਦਾ ਤੂੰ ਆਪਣੇ ਪਿੰਡ ਦਾ ਬੰਦਾ ਹੋ ਕੇ ਤੈਨੂੰ ਪਤਾ ਆਪਣੇ ਪਿੰਡ ਕਲੱਬ ਬਣਿਆ ਵਾ ਦਰਖਤ ਵਾਲਿਆਂ ਦਾ ਯਾਰ। ਉਹ ਬਾਈ ਕੱਟ ਲੈਂਦੇ ਯਾਰ ਹੋਰ ਮੈਂ ਕੀ ਕਰਾਂ। ਬਾਈ ਦਰਖਤ ਨਹੀਂ ਕੱਟਣਾ ਗਾ ਵਾਤਾਵਰਨ ਤਾਂ ਅੱਗੇ ਖਰਾਬ ਰਹਿੰਦਾ ਯਾਰ। ਤੂੰ ਦਰਖਤ ਕੱਟੀ ਜਾਂਦਾ ਗਾ ਇੱਕ ਰੁੱਖ ਦੇ ਨਾਲ 100 ਸੁੱਖ ਖਤਮ ਹੁੰਦਾ ਗਾ। ਉਹ ਬਾਈ ਯਾਰ ਮੇਰੇ ਕੋਲੇ ਆਹੀ ਸਾਧਨ ਆ ਯਾਰ ਗੁਜ਼ਾਰਾ ਸਾਡੇ ਇਹਦੇ ਨਹੀਂ ਚੱਲਦਾ। ਤੂੰ ਦਿਹਾੜੀ ਜਾਇਆ ਕਰ ਚੰਗਾ ਭਲਾ ਬੰਦਾ ਤੂੰ। ਬਾਈ ਯਾਰ ਮੇਰਾ ਪਿਓ ਯਾਰ ਬਚਪਨ 'ਚ ਗੁਜ਼ਰ ਗਿਆ ਠੀਕ ਆ, ਮਾਂ ਬਿਮਾਰ ਰਹਿੰਦੀ ਆ, ਹੁਣ ਮੈਂ ਦਵਾਈ ਬੂਟੀ ਲਿਆਉਣੀ ਹੁੰਦੀ ਆ, ਦਿਹਾੜੀ ਦਾ ਵੀ ਪੜਤਾ ਨਹੀਂ ਪੈਂਦਾ ਕੋਈ, ਇਸ ਲਈ ਯਾਰ ਮੈਂ ਰੁੱਖ ਕੱਟਦਾ ਤੇ ਮੈਨੂੰ ਕੱਟ ਲੈ ਜਾਂਦੇ। ਨਾ ਨਾ ਤੂੰ ਕੱਟ ਨਾ। ਕਿੰਨੇ ਤੇਰੀ ਮਾਂ ਦੀ ਦਵਾਈ ਕਿੰਨੇ ਦੀ ਆਉਂਦੀ ਆ? ਬਾਈ ਯਾਰ 3000 ਦੀ ਮਹੀਨੇ ਦੀ ਆਉਂਦੀ ਆ ਯਾਰ। ਆ ਲੈ ਤੂੰ ਮੈਥੋਂ ਰੁਪਈਏ ਲੈ ਤੇ ਲੈ ਤੇ ਕੱਲ ਨੂੰ ਮੇਰੇ ਕੋਲੇ ਆ ਜੀ ਤੇ ਮੈਂ ਤੈਨੂੰ ਨੌਕਰੀ ਤੇ ਲਵਾ ਦੂੰਗਾ। ਤੇ ਦਰਖਤ ਨਹੀਂ ਕੱਟਣਾ ਗਾ, ਦਰਖਤ ਤਾਂ ਆਪਾਂ ਲਾਉਣੇ ਆ ਵੱਧ ਤੋਂ ਵੱਧ। ਬਾਈ ਪੱਕਾ ਲਵਾ ਦੇਣਾ ਯਾਰ। ਹਾਂ ਹਾਂ ਬਾਈ ਦੇਖ ਯਾਰ ਫਿਰ ਮੇਰੇ ਕੋਲ ਤਾਂ ਯਾਰ ਆ ਸਾਲ। ਨਾ ਨਾ ਕੋਈ ਨਾ ਤੂੰ ਹੌਸਲਾ ਰੱਖ ਤੈਨੂੰ ਕੱਲ ਨੂੰ ਨੌਕਰੀ ਤੇ ਲਵਾ ਦਾਂਗੇ। ਮੁੰਡਿਆ ਤੂੰ ਜਨਮ ਦਿਨ ਵਾਲੇ ਦਿਨ ਦਰਖਤ ਲਾ ਕੇ ਬਹੁਤ ਵਧੀਆ ਕੰਮ ਕਰਿਆ ਗਾ। ਨਵੀਂ ਪੀੜ੍ਹੀ ਲਈ ਇਹ ਬਹੁਤ ਵੱਡਾ ਸੁਨੇਹਾ ਗਾ ਇੱਕ। ਹਾਂ ਬਾਈ ਆਪਾਂ ਜਿਹੜੇ ਮੌਲਾਂ 'ਚ ਜਾ ਕੇ ਜਨਮ ਦਿਨ ਵਾਲੇ ਦਿਨ ਪਾਰਟੀਆਂ ਕਰ ਦਿਆਂਗੇ, ਰੁਪਈਏ ਖਰਾਬ ਕਰਦੇ ਹਾਂ, ਜੇ ਉਹ ਰੁਪਈਆਂ ਦੇ ਆਪਾਂ ਦਰਖਤ ਲਈਏ ਤੇ ਪਿੰਡ 'ਚ ਲਾਈਏ ਤੇ ਉਹਦੇ ਨਾਲ ਨਾਲ ਤਾਂ ਵਾਤਾਵਰਨ ਸਾਫ਼ ਰਹੂਗਾ ਆਪਣਾ। ਹਾਂ ਬਾਈ ਤੁਹਾਡਾ ਫਰਜ਼ ਬਣਦਾ ਗਾ, ਸਾਡਾ ਹੀ ਫਰਜ਼ ਬਣਦਾ ਗਾ, ਸਾਰਿਆਂ ਦਾ ਆਪਣਾ ਫਰਜ਼ ਬਣਦਾ ਗਾ ਵੀ ਆਪਾਂ ਸਾਰਿਆਂ ਨੂੰ ਸੁਨੇਹਾ ਲਾਈਏ ਵੀ ਦਰਖਤ ਲਾਓ, ਵਧੀਆ ਵਾਤਾਵਰਨ ਸਾਫ਼ ਰਹੂਗਾ ਤੇ ਆਪਾਂ ਨੂੰ ਸੁੱਖ ਦਾ ਸਾਹ ਆਊਗਾ। ਹਾਂ ਬਾਈ ਚਲੋ ਪਾਓ ਪਾਣੀ ਤੇ ਚੱਲ ਗਏ ਆਪਾਂ। ਉਹ ਤੇ ਵੱਡੇ ਵੀਰੇ ਦਰਖਤ ਲਾਈ ਜਾਂਦੇ ਤੂੰ ਮੈਨੂੰ ਲਾਉਣ ਨਹੀਂ ਦਿੰਦਾ। ਉਹ ਤਾਂ ਮੰਡੀਰ ਮੱਤਾ, ਇਹਨਾਂ ਨੂੰ ਕੀ ਪਤਾ ਇਹ ਵਿਹਲੇ ਆ ਗਏ, ਆਪਾਂ ਕੰਮ ਵਾਲੇ ਬੰਦੇ ਆ ਗਏ, ਆਪਾਂ ਇਹਨਾਂ ਤੋਂ ਕੀ ਲੈਣਾ ਆ, ਚੱਲ ਗਏ ਆਪਾਂ ਤਾਂ। ਚੱਲ ਠੀਕ ਆ ਵੀਰੇ ਕਿਵੇਂ ਤੇਰੀ ਮਰਜ਼ੀ। ਬਾਈ ਗੱਲ ਸੁਣਿਓ ਯਾਰ, ਬਾਈ ਅਸੀਂ ਮੰਡੀਰ ਮੱਤ ਨਹੀਂ ਗਏ ਠੀਕ ਆ, ਸਾਡਾ ਕਲੱਬ ਬਣਾਇਆ ਵਾ ਪਿੰਡ 'ਚ, ਅਸੀਂ ਦਰਖਤ ਲਾਉਣੇ ਆ ਕਿ ਜੇ ਅਸੀਂ ਦਰਖਤ ਲਾਉਣੇ ਆ ਤਾਂ ਹੀ ਵਾਤਾਵਰਨ ਸ਼ੁੱਧ ਰਹਿੰਦਾ ਗਾ, ਤਾਂ ਹੀ ਤੁਹਾਨੂੰ ਸੁੱਖ ਦਾ ਸਾਹ ਮਿਲਦਾ ਗਾ। ਤੁਹਾਡੇ ਵਰਗਿਆਂ ਕਰਕੇ ਅੱਧੇ ਲੋਕ ਦਰਖਤ ਲਾਉਣੋਂ ਹਟ ਜਾਂਦੇ ਹੈਗੇ, ਤੁਹਾਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਹੈਗੇ ਤਾਂ ਜੋ ਵਾਤਾਵਰਨ ਸਾਫ਼ ਰਹੇ ਅਤੇ ਸਾਰੇ ਪੰਜਾਬ ਨੂੰ ਸੁੱਖ ਦਾ ਸਾਹ ਆ ਸਕੇ। ਕਿੱਥੇ ਤੁਹਾਨੂੰ ਤਾਂ ਸੁਨੇਹਾ ਦੇਣਾ ਚਾਹੀਦਾ, ਤੁਸੀਂ ਆਪ ਸਿਆਣੇ ਬਿਆਣੇ ਹੋਗੇ, ਕਿੱਥੇ ਤੁਸੀਂ ਸਾਨੂੰ ਨਿੰਦੀ ਜਾਂਦੇ ਹੋ ਵੀ ਦਰਖਤ ਨਾ ਲਾਓ, ਤੁਹਾਡਾ ਹੀ ਫਰਜ਼ ਬਣਦਾ ਗਾ ਵੀ ਤੁਸੀਂ ਦਰਖਤ ਲਾਓ। ਬਾਈ ਸਾਡੇ ਤੋਂ ਗਲਤ ਹੋ ਗਿਆ, ਅਸੀਂ ਵੀ ਤੁਹਾਡੇ ਕਲੱਬ 'ਚ ਸ਼ਾਮਿਲ ਹੋਵਾਂਗੇ ਤੇ ਦਰਖਤ ਲਾਵਾਂਗੇ। ਹਾਂ ਬਹੁਤ ਵਧੀਆ ਗੱਲ ਆ ਬਾਈ ਵੀ ਤੁਹਾਨੂੰ ਟਾਈਮ ਨਾਲ ਪਤਾ ਲੱਗ ਗਿਆ ਤੇ ਤੁਸੀਂ ਵੀ ਦਰਖਤ ਲਾਇਆ ਕਰੋ। ਠੀਕ ਆ ਬਾਈ, ਠੀਕ ਆ ਬਾਈ, ਚੰਗਾ ਬਾਈ, ਖਿਆਲ ਰੱਖਿਓ ਬਾਈ, ਦਰਖਤ ਲਾਜ਼ਮੀ ਲਾ ਦਿਆ ਕਰੋ। ਅੱਜ ਤਾਂ ਇਹ ਮੁੰਡਿਆਂ ਨੇ ਮੇਰੇ ਕੰਨ ਖੋਲਤੇ, ਆਪਾਂ ਤਾਂ ਹਨੇਰੇ 'ਚ ਹੀ ਤੁਰੇ ਫਿਰਦੇ ਸੀਗੇ, ਅੱਜ ਤੋਂ ਬਾਅਦ ਮੇਰੀ ਤੈਨੂੰ ਕੋਈ ਰੋਕ ਟੋਕ ਨਹੀਂ, ਅੱਜ ਤੋਂ ਬਾਅਦ ਤੂੰ ਦਰਖਤ ਭਾਵਾਂ ਦਿਨੇ ਲਾ ਭਾਵਾਂ ਰਾਤ ਨੂੰ, ਠੀਕ ਆ? ਠੀਕ ਆ ਬਾਈ। ਬਾਈ ਜੱਟ ਲਾਬ ਟੀਮ ਵੱਲੋਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਵੀਡੀਓ ਨੂੰ ਦੇਖਦੇ ਆ, ਲਾਈਕ ਕਰਦੇ ਆ ਤੇ ਸ਼ੇਅਰ ਕਰਦੇ ਆਗੇ। ਵੀਰੇ ਅੱਜ ਅਸੀਂ ਵੀਡੀਓ ਬਣਾਈ ਆ ਕਿ ਦਰਖਤਾਂ ਤੇ, ਸਾਡਾ ਇੱਕ ਨਿੱਕਾ ਜਿਹਾ ਸੁਨੇਹਾ ਗਾ, ਛੋਟੀ ਜਿਹੀ ਕੋਸ਼ਿਸ਼ ਆ, ਉਮੀਦ ਆ ਵੀ ਤੁਹਾਨੂੰ ਪਸੰਦ ਆਊਗੀ। ਇਹਦੇ ਵਿੱਚ ਵੀਰੇ ਅਸੀਂ ਇਹੀ ਦੱਸਿਆ ਵੀ ਵੱਧ ਤੋਂ ਵੱਧ ਦਰਖਤ ਲਾਓ ਤੇ ਦਰਖਤ ਲਾਉਣ ਦੇ ਨਾਲ ਹੀ ਵਾਤਾਵਰਨ ਸਾਫ਼ ਰਹਿੰਦਾ ਗਾ। ਜੇ ਸਾਡੀ ਵੀਡੀਓ ਦੇ ਵਿੱਚ ਕੋਈ ਗਲਤੀ ਹੁੰਦੀ ਆ ਆਪਦੇ ਛੋਟੇ ਭਰਾ ਸਮਝ ਕੇ ਸਾਨੂੰ ਕਮੈਂਟ ਰਾਹੀਂ ਦੱਸਿਆ ਕਰੋ, ਅਸੀਂ ਵੀਡੀਓ ਦੇ ਵਿੱਚ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਰਿਆਂ ਨੂੰ ਦਿਲੋਂ ਧੰਨਵਾਦ ਜੀ, ਲਵ ਯੂ ਆਲ।